ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ, ਕਿਵੇਂ ਹੋ? ਠੀਕ ਠਾਕ ਹੋ? ਮੇਰੀ ਅੱਖਾਂ ਨਹੀਂ ਖੁੱਲਦੀਆਂ ਪਈਆਂ ਕਿਉਂਕਿ ਮੈਂ ਧੁੱਪੇ ਬੈਠਾ ਹਾਂ ਸਾਹਮਣੇ। ਹਾਂਜੀ, ਵਟ ਆਰ ਯੂ ਡੂਇੰਗ? ਕੋਲਡ ਹੋ ਗਿਆ ਵਾ? ਨਜ਼ਰ ਲੱਗ ਗਈ ਹੈ ਨਾ ਤੁਹਾਡੀ? ਲੱਗੀ ਮੇਰੀ ਕਾਹਦੀ ਨਜ਼ਰ ਲੱਗੀ ਹੈ? ਮੈਂ ਥੋੜ੍ਹਾ ਕੰਮ ਕਰਦਾ ਪਿਆ ਸੀ ਲੈਪਟੋਪ 'ਤੇ, ਅਤੇ ਦੁਪਹਿਰ ਦੇ ਮੈਨੂੰ ਲੱਗਦਾ 2:30 ਵੱਜ ਗਏ ਨਾ ਮਣੀ, ਅਤੇ 2:30 ਵੱਜ ਗਿਆ ਅਤੇ ਭੁੱਖ ਬਹੁਤ ਲੱਗੀ ਆ। ਜਿਹਨੂੰ ਭੁੱਖ ਆਉਂਦੇ ਨਾ ਉਹ ਲੱਗੀ ਮੈਨੂੰ। ਕੀ ਬਣਾਵਾਂ ਮੈਂ? ਕੁਛ ਬਣਾ ਕੇ ਲਿਆਓ, ਮੇਰੇ ਲਈ ਵੀ ਬਣਾ ਕੇ ਲਿਆਓ। ਨਹੀਂ, ਵੋਟੀ ਤੂੰ ਆ ਮੇਰੀ ਕਿ ਮੈਂ ਤੇਰਾ ਵਾਂ, ਇਹ ਦੱਸ। ਤੂੰ ਹੀ ਫਿਰ ਤੋਂ ਜ਼ਿਆਦਾ ਵਧੀਆ ਚੀਜ਼ਾਂ ਬਣਾਉਂਦੇ ਆ ਖਾਣ ਵਾਸਤੇ, ਤੇ ਤੂੰ ਵੀ ਕਿਤੇ ਆਪਣਾ ਖਵਾ ਕੇ ਬਣਾ ਕੇ ਖਵਾ ਦੇ ਕਿਤੇ, ਤੂੰ ਵੀ ਮੌਕਾ ਦੇ ਕਿਤੇ ਮੈਨੂੰ। ਮੈਨੂੰ ਕੁਛ ਆਉਂਦਾ ਹੀ ਨਹੀਂ। ਆਉਂਦਾ ਤੂੰ ਰੋਟੀ ਬਣਾ ਕੇ ਖਵਾਈ ਸਵੇਰੇ? ਰੋਟੀ ਤੇ ਸਾਰੀ ਦੁਨੀਆ ਬਣਾਉਂਦੀ ਆ। ਸਾਰੀ ਦੁਨੀਆ ਬਣਾਉਂਦੀ, ਮੈਂ ਬਣਾ ਕੇ ਖਵਾਈ ਆ, ਹੁਣ ਮੈਨੂੰ ਖਵਾ ਦਿਓ ਤੁਸੀਂ, ਮੈਂ ਠੀਕ ਨਹੀਂ ਹੈਗੀ ਨਾਲੇ। ਤਿਆ ਕਰ ਲੱਗੀ ਆ? ਕੁਛ ਨਹੀਂ, ਕੋਲਡ ਕਰੀਮ ਆ। ਤੇ ਆ ਕੀ ਡੱਬਾ ਏਡਾ ਤਕੜਾ? ਤੇ ਮਣੀ ਦੀ ਅਫਸੋਸ ਦੀ ਗੱਲ, ਮਣੀ ਦੀ ਆ ਬਲੀਚ ਵਾਲੀ ਕਰੀਮ ਐਕਸਪਾਇਰ ਹੋ ਗਈ ਪਿਛਲੇ ਮਹੀਨੇ ਹੀ, ਹਜੇ ਵਾਹਵਾ ਪਈ ਹੈ ਨਾ ਮਣੀ, ਹਜੇ ਦਾ ਡੱਬਾ ਭਰਿਆ ਪਿਆ ਯਾਰ, ਖੋਲੀ ਮਾੜਾ ਇਹਨੂੰ, ਹਜੇ ਪਿਛਲੇ ਮਹੀਨੇ ਐਕਸਪਾਇਰ ਹੋ ਗਈ। ਬਹੁਤ ਦੁੱਖ ਵਾਲੀ ਗੱਲ ਆ ਹੈ ਨਾ ਮਣੀ, ਹਜੇ ਆਹਦਾ ਡੱਬਾ ਭਰਿਆ ਪਿਆ ਪੂਰਾ ਇਹਦੇ, ਇਸੇ ਕਰਕੇ ਕਹੀਦਾ ਵੀ ਛੋਟੀ ਪੈਕਿੰਗ ਲਾਇਆ ਕਰੋ ਜਿਹੜੀ ਮੁੱਕ ਜੇ। ਹੁਣ ਇਹਦਾ ਡੱਬਾ ਕੀ ਕਰਨਾ ਇਹਨੂੰ, ਹੁਣ ਇਹ 'ਚ ਪਾਓ ਹਲਦੀਆਂ ਮਸਾਲੇ, ਫਿਰ ਜਿਹੜੇ ਡੱਬਾ ਕੰਮ ਆਉਣਾ ਇਹ, ਹੁਣ ਮਸਾਲੇ ਮਸੂਲੇ ਸੁੱਟੋ ਇਹ 'ਚ। ਹੈਂ, ਐਵੇਂ ਹੀ ਐਕਸਪਾਇਰੀ ਕਿੱਥੋਂ ਯੂਜ਼ ਕਰ ਲੇਂਗੇ ਤੂੰ? ਚਲਾ ਹੁਣ ਚੱਲੀਏ। ਆ ਜੀ ਸਾਡੇ ਘਰ ਦਾ ਕੋਠਾ, ਉਹ ਮੇਰਾ ਅਤੇ ਮਣੀ ਦਾ ਰੂਮ ਆ ਜਿਹੜਾ ਅਸੀਂ ਹੁਣ ਨਹੀਂ ਯੂਜ਼ ਕਰਦੇ ਕਿਉਂਕਿ ਅਸੀਂ ਥੱਲੇ ਸੋ ਜਾਈਦਾ। ਆ ਜੀ ਸਾਡੇ ਘਰ ਦਾ ਵਿਹੜਾ, ਉਹ ਸਮਾਨ ਪਿਆ ਸਾਰਾ ਰੋਡ ਦੇ ਉੱਪਰ ਹੀ ਆ ਰਿਹਾ ਸਾਡਾ ਹੈ ਨਾ ਮਣੀ ਜੀ। ਫਿਰ ਮੈਂ ਮਣੀ ਬਣਾਵਾਂ ਤੇਰੇ ਲਈ? ਹਾਂਜੀ, ਚੱਲ ਆ ਮੇਰੀ ਹੈਲਪ ਤੇ ਕਰਾਏਂਗੀ ਨਾਲ ਨਾਲ? ਚੱਲ ਆ ਬਣਾਈ ਹੈ, ਮੈਂ ਬਣਾਉਣ ਲੱਗਾ ਜੀ। ਮੇਰੇ ਦਿਮਾਗ 'ਚ ਆਈਡੀਆ ਆਇਆ ਕਿ ਮੇਰੇ ਕੋਲ ਥੱਲੇ ਬਰਾਊਨ ਬ੍ਰੈਡ ਪਏ ਆ, ਚੀਜ਼ ਸਲਾਈਸ ਵੀ ਪਏ ਆ ਅਤੇ ਚੀਜ਼ ਵੀ ਪਈ ਆ, ਮੈਂ ਸੋਚਦਾ ਵੀ ਚੀਜ਼ ਵਾਲਾ ਬ੍ਰੈਡ ਬਣਾਇਆ ਜਾਵੇ ਕਿ ਨਹੀਂ ਬਣੀ। ਖਾ ਲੇਂਗੀ ਤੂੰ? ਖਾ ਲੇਂਗੀ? ਚਲੋ ਜੀ ਆਪਾਂ ਬਣਾਉਂਦੇ ਹਾਂ ਹੁਣ ਚੀਜ਼ ਵਾਲਾ ਬ੍ਰੈਡ। ਆ ਪਏ ਜੀ ਬਰਾਊਨ ਬ੍ਰੈਡ, ਕੁਛ ਮੈਂ ਰਾਤੀ ਖਾ ਲਏ ਸੀ ਅਤੇ ਕੁਛ ਅਜੇ ਬਚੇ ਆ। ਹਾਂਜੀ ਤੁਸੀਂ ਬਹੁਤ ਆਰਾਮ ਨਾਲ ਇੱਥੇ ਹੈ ਨਾ, ਕੋਈ ਕੰਮ ਨਹੀਂ ਕਰਨਾ। ਹਾਂ ਬਹਿ ਜਾਓ ਬਹਿ ਜਾਓ, ਖਾਣ ਦਾ ਹੀ ਪਤਾ ਬਸ। ਅਤੇ ਆ ਵੇਖ ਦਾ ਪਹਾੜ ਲੱਗਾ ਨਹੀਂ ਸਾਡੇ ਸ਼ਿਮਲਾ, ਜਿਹਨੇ ਸ਼ਿਮਲਾ ਸ਼ੁਮਲਾ ਘੁੰਮਣਾ ਸਾਡੇ ਇੱਥੇ ਫਰਿੱਜ ਆ ਜੇ, ਸਾਡੇ ਫਰਿੱਜ ਸ਼ਿਮਲੇ ਦੇ ਪਹਾੜ ਹੀ ਬਣੇ ਆ ਵੇਖੋ। ਆ ਜੀ ਆ ਗਏ ਜੀ ਚੀਜ਼ ਸਲਾਈਸ, ਗੋ ਚੀਜ਼ ਦੇ, ਅਤੇ ਆ ਪਿਆ ਜੀ ਮੇਰਾ ਚੀਜ਼ ਜੋ ਕਿ ਕਾਫੀ ਹੱਦ ਤੱਕ ਠੀਕ ਹੀ ਆ, ਬਰਫ਼ ਬੁਰਫ ਜੰਮ ਗਈ ਇਹਦੇ ਉੱਤੇ, ਅਗਲੀ ਵਾਰੀ ਨਾ ਕੰਟੇਨਰ 'ਚ ਰੱਖਿਆ ਕਰਨੇ ਆ। ਚਲੋ ਜੀ ਸਭ ਤੋਂ ਪਹਿਲਾਂ ਕੀ ਕਰਨਾ ਸਹਿਜ? ਅੱਜ ਕੋਈ ਸਬਜ਼ੀਆਂ ਸੁਬਜ਼ੀਆਂ ਕੋਈ ਕੁਛ ਨਹੀਂ ਪਾਉਣਾ। ਅੱਜ ਓਨਲੀ ਆਪਾਂ ਪਾਉਣੇ ਆ ਸਿੰਪਲੀ ਚੀਜ਼ ਤੇ ਮਸਾਲੇ ਬਸ। ਓਕੇ, ਅਸੀਂ ਯੂਜ਼ ਕਰਾਂਗੇ ਇੱਕ ਜੀ ਮਿਕਸ ਹਰਬਸ, ਠੀਕ ਹੈ, ਸਾਰੇ ਹਰਬਸ ਮਿਕਸ, ਤੇ ਨਾਲ ਦੀ ਨਾਲ ਕਰਾਂਗੇ ਆਪਾਂ ਚਿੱਲੀ ਫਲੇਕਸ। ਓਕੇ ਓਕੇ, ਦੋ ਚੀਜ਼ਾਂ ਹੋ ਗਈਆਂ ਤੇ ਇੱਕ ਆਪਾਂ ਕਰਾਂਗੇ ਓਰੀਗੈਨੋ। ਓਰੀਗੈਨੋ ਹਾਂ, ਹੋਮ ਮੇਡ ਆ, ਠੀਕ ਹੈ, ਬਾਜ਼ਾਰ ਤੋਂ ਨਹੀਂ ਹੈ। ਫਸਟ ਆਫ ਆਲ ਹਮ ਆਪਣੇ ਬਾਅਦ ਚ ਆਪਾਂ ਕਿਉਂ ਨਾ ਕਰ ਲਈਏ ਫਿਰ ਮੱਖਣ ਦੇ ਨਹੀਂ, ਮੱਖਣ ਦੂਸਰੇ ਵਾਲਾ ਬਾਜ਼ਾਰ ਵਾਲਾ, ਹਾਂ ਹਾਂ ਉਹਦੇ ਨਾਲ ਕਰ ਲਓ। ਚਲੋ ਆਪਣਾ ਜਿੰਦਾਬਾਦ ਦੇਸੀ ਘਿਓ ਇਹੋ ਕੰਮ ਉਹ ਵੱਡੇ ਅੱਜ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਜੀ ਬ੍ਰੈਡ, ਸਭ ਤੋਂ ਪਹਿਲਾਂ ਅਸੀਂ ਵੇਖਾਂਗੇ ਸਾਡੇ ਕੋਲ ਸਲਾਈਸ ਕਿੰਨੇ ਆ ਇਸ ਟਾਈਮ, ਸਾਡੇ ਤੋਂ ਹੈਗੇ ਆ ਕਿੰਨੇ ਬਣੇ, ਇੱਕ ਦੋ ਤਿੰਨ, ਮਤਲਬ ਕਿ ਚਾਰ ਪੀਸ ਬਣ ਸਕਦੇ ਆ, ਤਿੰਨ ਮੇਰੇ ਤੋਂ ਇੱਕ ਤੇਰਾ, ਠੀਕ ਹੈ। ਮੈਂ ਵੈਸੇ ਵੀ ਡਾਈਟ ਤੇ ਆ ਹੁਣ, ਓਹ ਆ ਚੀਜ਼ ਖਾ ਲਓ ਡਾਈਟ ਤੇ, ਹੁਣ ਇੱਕ ਖਾ ਲੂੰਗੀ ਨਾ ਜੀ, ਕੋਈ ਬਣਾਉਂਦੇ ਆ ਟੇਸਟ ਬੰਨੇ ਪਹਿਲਾਂ ਕਿਦਾਂ ਦਾ, ਕਿਉਂਕਿ ਮੈਂ ਫਸਟ ਟਾਈਮ ਬਣਾਉਣ ਲੱਗਾ, ਮੈਂ ਪਹਿਲਾਂ ਬਣਾਇਆ ਨਹੀਂ ਕਦੇ, ਇਹ ਦਿਮਾਗ 'ਚ ਹੀ ਆਇਆ ਜਾਣਾ ਕੁਛ। ਨਾਲ ਦੀ ਨਾਲ ਅਸੀਂ ਯੂਜ਼ ਕਰਾਂਗੇ ਆਪਣੀਆਂ ਸੌਸਿਸ, ਇਹ ਆ ਜੀ ਤੰਦੂਰੀ ਸੌਸ, ਮਿਊਨਸ ਨਾਲ ਪਾਉਣਾ, ਮਿਊਨਸ ਤੇ ਨਾਲ ਥੋੜ੍ਹਾ ਹਲਕਾ ਜਿਹਾ ਕੈਚਅਪ, ਨਹੀਂ ਕੈਚਅਪ ਰਹਿਣ ਦਿੰਦੇ ਆਪਾਂ, ਆਪਾਂ ਪੀਜ਼ਾ ਪਾਸਤਾ ਸੌਸ ਲੈਂਦੇ ਹਾਂ, ਠੀਕ ਹੈ।
एक चम्मच लो, पिज्जा पास्ता सॉस लो। पिज्जा पास्ता सॉस लाओ दोनों साइड, एक साइड लोनी, एक साइड ते अपन लाने अपनी तंदूरी सॉस, अगे तो ना दूजी एकदम की पैकेट ले लेनी डब्बे वाली, फिर पैकेट बंद नहीं होता, छोटे पैकेट लेके आया करने हूं ना, बड़ी पैकिंग नहीं लेके आया करनी। ये जी इजी स्नैक्स है, जो तुम बच्ची के लिए करे उदों खाओ। प्याज जी तंदूरी सॉस हल्की जी लावांगे, ज्यादा नहीं क्योंकि मैं बहुत घट पसंद है, इन्नी मैं नहीं खाता। ठीक है जी, एक बन्ने ला लो तंदूरी, एक बन्ने ला लो पिज्जा पास्ता। ठीक है जी, इस तो बाद अभी लवेंगे मिक्सअप्स अपने, किधर बस लवेंगे अभी अपने मिक्सअप्स, तो थोड़े पा देंगे, एक साइड ते पालो अलग पा दे, इदा दे लगनी जी, तो नाल दी नाल एक साइड ते पा दो तुसी अपने ओरिगैनो। ठीक है जी, फिर पा लो जी थोड़े जे चिली फ्लेक्स दोनों उपर, जिन्ने तुसी खा सकते मिर्च, मैं तो घट ही खाना, थोड़े जे पा लो चिली फ्लेक्स जी। हुण वारी है जी अपने की आंदे उन्हों चीज दी, जादू भूल गया नहीं, मैं सोचन डिया भी वो पा जा पा, इहनू इदां करना पाड़िया, अपना चीज ज्यादा ही बनी हार्ड होया, फ्रिज विच पानी पा सकते जी अपनी टमाटो कैचअप चीज के उपर, फिर चीज है जो अपना तंदूरी वाला पीस है ये उपर ऐ करके, चलो जी। ठीक है जी, यस हुण आपां इहनू करांगे जैंट वाला बन गया ना, हुण आपां करांगे इहनू तवे ते रोस्ट, हुण असीं जी घ्यो कर लांगे मेल्ट कोली विच, तुहाडे कोल जे बटर है काम होंदा ते बटर यूज कर सकदे तुसीं, आपां घर वाला देसी घ्यो कीता आ, आपां कीता घर वाला क्योंकि साडे कोल बटर नहीं हैगा, पर जो टेस्ट इहदा घ्यो दा होंदा ना ओह बटर दा टेस्ट होंदा, ਕਰ ਦਾ ਦੇਸੀ ਕਿਉਂ ਹੋਈ ਇਹਨੂੰ ਥੋੜਾ ਸਿਮ ਤੇ ਕਰ ਲਓ, ਬਸ ਹੋ ਗਿਆ ਰਹਿੰਦਾ ਹੋ ਗਿਆ, ਲਓ ਜੀ ਸਾਡਾ ਕਿਉਂ ਹੋ ਗਿਆ ਸਾਰਾ ਮੈਲਟ, ਅਤੇ ਹੁਣ ਆਪਾਂ ਆਪਣਾ ਲਵਾਂਗੇ ਤਵਾ, ਉੱਪਰ ਰੱਖ ਦਾਂਗੇ ਥੋੜ੍ਹਾ ਤਵੇ ਨੂੰ ਨਾ ਗਰਮ ਹੋਣ ਦਿੰਦੇ ਹਾਂ ਨਾ ਬਣੀ, ਪਹਿਲਾਂ ਇੱਕ ਬਣਾ ਕੇ ਵੇਖਦੇ ਹਾਂ ਜੇ ਟੇਸਟੀ ਲੱਗਾ ਤਾਂ ਫਿਰ ਦੂਜਾ ਬਣਾਵਾਂਗੇ, ਨਹੀਂ ਤਾਂ ਫਿਰ ਬਣਾਵਾਂਗੇ ਨਹੀਂ, ਫਿਰ ਕੋਈ ਹੋਰ ਚੀਜ਼ ਬਣਾ ਲਾਂਗੇ। ਆ ਬ੍ਰੱਸ਼ ਓਇਲ ਵਾਲਾ ਇਹਨੂੰ ਡਿਪ ਕਰਕੇ, ਥੋੜ੍ਹਾ ਜਿਹਾ ਆਪਾਂ ਓਇਲ ਲਵਾਂਗੇ ਇਹਦੇ ਉੱਤੇ, ਅਤੇ ਫਿਰ ਆਪਾਂ ਆਪਣਾ ਬ੍ਰੈਡ ਇੱਕ ਸਾਈਡ ਇਹਦੇ ਉੱਪਰ ਰੱਖ ਦਾਂਗੇ। ਠੀਕ ਹੈ ਜੀ, ਫਿਰ ਆਪਾਂ ਕੱਢਾਂਗੇ ਆਪਣੀ ਸਿੱਪੀ, ਸਿੱਪੀ ਨਾਲ ਆਪਾਂ ਥੋੜ੍ਹਾ ਜਿਹਾ ਕਰਾਂਗੇ ਇਹਨੂੰ ਸਾਰਾ ਓਇਲ, ਆਪਣਾ ਬ੍ਰੈਡ ਬ੍ਰੈਡ ਦੇ ਉੱਪਰ ਸਾਰਾ ਓਇਲ ਲਾ ਲਾਂਗੇ, ਇਹਨੂੰ ਚੁੱਕ ਲਾਂਗੇ, ਫਿਰ ਦੂਜੀ ਵਾਰੀ ਦੋਨੋਂ ਸਾਈਡ ਤੋਂ ਰੋਸਟਰ ਕਰਨਾ, ਆਪਣਾ ਘਿਓ ਲਾਉਣਾ, ਫਿਰ ਇਹਨੂੰ ਇਸ ਸਾਈਡ 'ਤੇ ਕਰ ਦੇਣਾ, ਗੈਸ ਘੱਟ ਕਰ ਲਿਓ ਬ੍ਰੈਡ ਸੜੇ ਨਾ। ਠੀਕ ਹੈ ਜੀ, ਹੌਲੀ ਹੌਲੀ ਮਾੜਾ ਮਾੜਾ ਪ੍ਰੈਸ ਕਰਦੇ ਰਹੋ। ਓਕੇ ਸ਼ੈਫ ਜੀ, ਓਕੇ ਸ਼ੈਫ ਤੇ ਤੁਸੀਂ ਆ, ਅਤੇ ਤੁਸੀਂ ਇੱਦਾਂ ਉੱਪਰ ਵੀ ਇਹਦੇ ਲਾ ਸਕਦੇ ਜੀ ਜੇ ਤੁਹਾਨੂੰ ਘੱਟ ਲੱਗੇ ਤੇ, ਕਿਉਂਕਿ ਮੈਂ ਘਿਓ ਬਹੁਤ ਖਾਂਦਾ, ਮੈਂ ਘਿਓ ਦਾ ਬਹੁਤ ਸ਼ੌਕੀਨ ਹਾਂ। ਚੀਜ਼ ਆਪਣੀ ਮੈਲਟ ਹੋਣੀ ਸ਼ੁਰੂ ਹੋ ਗਈ ਆ, ਠੰਡੀ ਸੀਗੀ ਨਾ ਉਹਦੇ ਕਰਕੇ ਥੋੜ੍ਹਾ ਟਾਈਮ ਲੱਗ ਗਿਆ, ਨਾਲੇ ਬ੍ਰੈਡ ਵੇਖ ਕਿੰਨਾ ਕ੍ਰਿਸਪੀ ਬਣਦਾ, ਥੋੜ੍ਹੀ ਜਿਹੀ ਲੋੜ ਪਈ ਤਾਂ ਇੱਧਰ ਹੀ ਸਾਈਡ 'ਤੇ ਵੀ ਲਾ ਦਿਓ।
ਨਾਲੇ ਹਜੇ ਮੈਂ ਮੇਰੇ ਤੋਂ ਸਾਈਡਾਂ ਵੀ ਕਰਨੀਆਂ ਵਾ ਇਸ ਕਰਕੇ ਮੈਂ ਇੱਕ ਲਵਾਂਗਾ ਨਾਲ ਆਪਣਾ ਸਾਥੀ ਇਹ ਕਰੀ ਇਧਰੋਂ ਕਰ ਲਵੇ ਗੋਲਡਨ ਬਰਾਊਨ ਹੋ ਗਿਆ ਨਾ ਕਿੰਨਾ ਸੋਹਣਾ ਲੱਗਦਾ ਸੋਹਣਾ ਹੋ ਗਿਆ ਨਾ ਇਦਾਂ ਹੀ ਹੋਣਾ ਹੈ ਇਹਨੂੰ ਜ਼ਿਆਦਾ ਹਾਈ ਹੀਟ ਤੇ ਨਹੀਂ ਕਰਨਾ ਮੀਡੀਅਮ ਹੀਟ ਤੇ ਕਰਨਾ ਹੀਟ ਤੇ ਸੜੂਗਾ ਪੱਕੂਗਾ ਨਹੀਂ ਹੈ ਨਾ ਉਹਨੇ ਸੜ ਜਾਣਾ ਪੱਕਣਾ ਨਹੀਂ ਚੰਗੀ ਤਰ੍ਹਾਂ ਤੇ ਹੁਣ ਆਪਾਂ ਕਰਾਂਗੇ ਇਹਦੀਆਂ ਸਾਈਡਾਂ ਇਦਾਂ ਕਰਕੇ ਠੀਕ ਆ ਇਹਨੂੰ ਫਿਰ ਇੱਦਾਂ ਰੋਟੇਟ ਕਰ ਲੈਣਾ ਤੇ ਇੱਦਾਂ ਹੌਲੀ ਹੌਲੀ ਤੁਸੀਂ ਤਾਂ ਬ੍ਰੈਡ ਦੇ ਨਾਲ ਖੇਡਦੇ ਪਏ ਆ ਖੇਡਦਾ ਨਹੀਂ ਯਾਰ ਮੈਂ ਸਾਈਡਾਂ ਸਾਰੀਆਂ ਪਕਾਉਂਦਾ ਪਿਆ ਦੇਖੋ ਜੀ ਆਪਣਾ ਹੋ ਗਿਆ ਗੋਲਡਨ ਬਰਾਊਨ ਦੋਨਾਂ ਸਾਈਡਾਂ ਤੋਂ ਤੇ ਇੱਕ ਚੀਜ਼ ਖਾਵਾਂ ਆਪਣੀ ਚੀਜ਼ ਵੀ ਉਹ ਮੈਲਟ ਹੋ ਗਈ ਚੀਜ਼ ਮੈਲਟ ਹੋ ਗਈ ਜੇ ਮੈਨੂੰ ਸਵਾਦ ਲੱਗਾ ਫਿਰ ਮੈਂ ਖਾਊਂ ਸਾਰਾ ਕੋਈ ਨਹੀਂ ਇੱਧਰੋਂ ਹੋ ਗਿਆ ਦੋਨਾਂ ਸਾਈਡਾਂ ਤੋਂ ਹੁਣ ਲਵਾਂਗੇ ਜੀ ਆਪਾਂ ਨੈਕਸਟ ਹਥਿਆਰ ਜਿਹਨੂੰ ਵੀ ਆਪਾਂ ਬੋਲ ਦਿੰਦੇ ਹਾਂ ਪੀਜ਼ਾ ਪੀਜ਼ਾ ਕਟਰ ਠੀਕ ਹੈ ਜੀ ਹੁਣ ਆਪਣਾ ਬ੍ਰੈਡ ਹੋ ਗਿਆ ਬਿਲਕੁਲ ਇੱਕਦਮ ਰੈਡੀ ਹੋ ਗਿਆ ਜੀ ਦੇਖੋ ਦੋਨਾਂ ਸਾਈਡਾਂ ਤੋਂ ਆਪਣਾ ਬ੍ਰੈਡ ਲਵਾਂਗੇ ਇੱਦਾਂ ਗੈਸ ਨੂੰ ਕਰ ਦਾਂਗੇ ਆਫ ਹੁਣ ਆਪਾਂ ਕਰਾਂਗੇ ਆਪਣਾ ਲੈ ਕੇ ਸਲਾਈਸ ਕਰਾਂਗੇ ਇਹਨੂੰ ਵਾਓ ਲਓ ਜੀ ਬਣ ਗਿਆ ਜੀ ਆਪਣਾ ਕੀ ਕਹਿੰਦੇ ਇਹਨੂੰ ਚੀਜ਼ ਬ੍ਰੈਡ ਚੀਜ਼ ਬ੍ਰੈਡ ਅਗਰ ਇਹਦੇ ਵਿੱਚ ਆਪਾਂ ਦੇਖ ਲਓ ਕਾਰਨ ਪਾਉਂਦੇ ਹੋ ਵੀ ਵਧੀਆ ਲੱਗਦਾ ਸਭ ਕੁਝ ਮਰਜ਼ੀ ਪਾ ਲਓ ਲਓ ਜੀ ਆਪਣਾ ਹੋ ਗਿਆ ਜੀ ਤਿਆਰ ਚੀਜ਼ ਬ੍ਰੈਡ ਬਣੀ ਖਾ ਕੇ ਦੱਸ ਕਿਵੇਂ ਦਾ ਵਾ ਫਿਰ ਮੈਂ ਵੀ ਆਪਣੇ ਵਾਸਤੇ ਬਣਾਉਣਾ ਸੱਚ ਦੱਸੀ ਝੂਠ ਨਹੀਂ ਬਹੁਤ ਸਵਾਦ ਆ ਫਿੱਕਾ ਤਾਂ ਨਹੀਂ ਖੱਟਾ ਮਿੱਠਾ ਬਣਿਆ ਨਾ ਬਹੁਤ ਸਵਾਦ ਖਾ ਕੇ ਵੇਖੋ ਚੱਲ ਮੈਂ ਵੀ ਖਾ ਕੇ ਵੇਖਣਾ ਚਲੋ ਜੀ ਹੁਣ ਮੇਰੀ ਵਾਰੀ ਆਪਣੇ ਕੁਕਿੰਗ ਕਰ ਲੈਂਦੇ ਸੀ ਆਪਣੇ ਹੱਥ ਦੀ ਚੀਜ਼ ਬਣਾ ਕੇ ਖਾ ਕੇ ਵੇਖੀਏ ਸੀਰੀਅਸਲੀ ਬਹੁਤ ਸਵਾਦ ਬਣਿਆ ਝੂਠ ਵਾਲੀ ਗੱਲ ਨਹੀਂ ਆ ਇਹ ਗੱਲ ਦਾ ਮੈਨੂੰ ਪਤਾ ਨਹੀਂ ਨਾ ਸਵਾਦ ਬਣ ਜਾਣਾ ਮੈਂ ਤਾਂ ਆਪਣੇ ਤੁੱਕਾ ਲਾਇਆ ਸੀ ਕਿ ਮੇਰੇ ਕੋਲ ਬ੍ਰੈਡ ਪਏਗਾ ਵਾਧੂ ਤੇ ਮੈਂ ਚੱਲ ਇਹ ਚੀਜ਼ ਬਣਾ ਕੇ ਵੇਖਣਾ ਵਾ ਚੱਲ ਨਵੀਂ ਰੈਸਪੀ ਪਤਾ ਲੱਗ ਗਈ ਆਪਾਂ ਨੂੰ ਹਨਾ ਤੁਸੀਂ ਵੀ ਸਾਰੇ ਜ਼ਰੂਰ ਟਰਾਈ ਕਰਿਓ ਸਿੰਪਲ ਦੇ ਸਭ ਤੋਂ ਈਜ਼ੀ ਇਹ ਤੋਂ ਈਜ਼ੀ ਕੁਝ ਬਣ ਨਹੀਂ ਸਕਦਾ ਨਾਲੇ ਘਰੇ ਬੈਠੇ ਹਾਂ ਬਹੁਤ ਟੇਸਟੀ ਬਣਿਆ ਜੀ